ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਰਾਜਾ ਵੜਿੰਗ। ਕੱਲ੍ਹ ਮੈਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਦਾ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਕੱਲ੍ਹ ਰੈਲੀ ਦੇ ਵਿੱਚ ਆਏ। ਬੜਾ ਚੰਗਾ ਲੱਗਿਆ ਤੁਹਾਡੇ ਸਾਥ ਦੇ ਨਾਲ। ਬਹੁਤ ਜ਼ਿਆਦਾ ਵਧੀਆ ਜਿਹੜੀ ਆਪਣੀ ਰੈਲੀ ਸੀ ਉਹ ਸਕਸੈਸ ਹੋਈ। ਕੱਲ੍ਹ ਕਾਫੀ ਫਿਰ ਡੋਰ ਟੂ ਡੋਰ ਤੋਂ ਬਾਅਦ ਮੈਂ ਭੁੱਲ ਗਿਆ ਤੁਹਾਨੂੰ ਧੰਨਵਾਦ ਕਰਨਾ, ਸੋ ਮੈਂ ਤੁਹਾਡਾ ਧੰਨਵਾਦੀ ਹਾਂ। ਔਰ ਕੱਲ੍ਹ ਨੂੰ ਮੈਨੂੰ ਲੱਗਦਾ ਮਾਨਸਾ ਦਾ ਪ੍ਰੋਗਰਾਮ ਸਿੱਧੂ ਸਾਹਿਬ ਦਾ ਬਣ ਰਿਹਾ, ਫਿਰ ਬਠਿੰਡੇ ਦਾ ਬਣਨਾ, ਫਿਰ ਗੋਨਿਆਣੇ ਦਾ। ਮੈਂ ਤੁਹਾਨੂੰ ਦੱਸ ਦੂੰਗਾ ਕਿ ਨਵਜੋਤ ਸਿੰਘ ਸਿੱਧੂ ਆ ਰਹੇ ਆ ਅਤੇ ਕਿੰਨੇ ਵਜੇ ਆ ਰਹੇ। ਹੁਣ ਮੈਂ ਨਾਲ ਦੀ ਨਾਲ ਬੇਨਤੀ ਕਰਨੀ ਚਾਹੁੰਦਾ ਗਿੱਦੜਵੇ ਵਾਲੇ ਮੇਰੇ ਭਰਾਵਾਂ ਨੂੰ, ਤਮਾਮ ਅਗਰਵਾਲ ਸਭਾ ਦੇ ਸਾਰੇ ਉਹਨਾਂ ਸਾਥੀਆਂ ਨੂੰ ਜਿਹਨਾਂ ਦੀਆਂ ਸਾਰਿਆਂ ਦੀਆਂ ਰਿਸ਼ਤੇਦਾਰੀਆਂ ਬਡਲਾਡੇ, ਬਰੇਟੇ, ਮਾਨਸਾ ਅਤੇ ਬਠਿੰਡੇ ਹੈ, ਕਿਰਪਾ ਕਰਕੇ ਆਪਦੇ ਦੋ ਦੋ ਦਿਨ ਕੱਢ ਕੇ, ਆਪਦੇ ਆਹ ਤਿੰਨ ਦਿਨ ਅਖੀਰਲੇ ਰਹਿ ਗਏ, ਬੜਾ ਜ਼ਰੂਰੀ ਹੈ ਆਪਦੇ ਰਿਸ਼ਤੇਦਾਰਾਂ ਨੂੰ ਅਗਰ ਤੁਸੀਂ ਸਾਰਿਆਂ ਨੂੰ ਕਹਿ ਜੋਗੇ ਤਾਂ ਮੈਨੂੰ ਲੱਗਦਾ ਕਿ ਕਮਾਲ ਹੋ ਜਾਏਗਾ। ਆਪਦੇ ਕੰਮ ਕਾਰ ਚੱਲੀ ਜਾਣੇ ਆ ਦੋ ਦਿਨ ਮੇਰੇ ਵਾਸਤੇ। ਸਾਰੇ ਗਿੱਦੜਵੇ ਵਾਲੇ ਭਰਾਵਾਂ ਨੂੰ ਬੇਨਤੀ ਹੈ ਮੰਡੀ ਵਾਲਿਆਂ ਨੂੰ ਕਿ ਮੇਰੇ ਵਾਸਤੇ ਦੋ ਤਿੰਨ ਦਿਨ ਕੱਢ ਕੇ ਜ਼ਰੂਰ ਆਓ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਔਰ ਫਿਰ ਤੁਹਾਨੂੰ ਮਿਲਦੇ ਹੈ, ਸਾਰੀਆਂ ਰਿਸ਼ਤੇਦਾਰੀਆਂ 'ਚ ਕਹਿ ਕੇ ਜਾਓ ਅਗਰਵਾਲ ਭਰਾ ਆਪਣੇ ਬਹੁਤ ਬੈਠੇ ਹੈ ਇੱਥੇ, ਸਾਰੀ ਬਾਣੀਆ ਕਮਿਊਨਿਟੀ ਜਿਹੜੀ ਬੈਠੀ ਹੈ ਉਹ ਆਪਣੀਆਂ ਰਿਸ਼ਤੇਦਾਰੀਆਂ ਨਾਲੇ ਮੇਰੇ ਬਾਰੇ ਦੱਸ ਕੇ ਜਾਓ। ਸੋ ਤੁਹਾਡਾ ਸਾਰਿਆਂ ਦਾ ਦੁਬਾਰੇ ਫਿਰ ਦਿਲ ਦੀਆਂ ਗਹਿਰਾਈਆਂ 'ਚੋਂ ਰੈਲੀ 'ਤੇ ਪਹੁੰਚਣ ਨੂੰ ਧੰਨਵਾਦ। ਅਤੇ ਅੱਜ ਮੈਂ ਹੁਣ ਸਰਦੂਲਗੜ੍ਹ ਆਇਆ ਅਤੇ ਕਾਫੀ ਕੰਮ ਠੀਕ ਹੈ, ਬਹੁਤ ਕਿਰਪਾ ਹੈ ਤੁਹਾਡੀ। ਔਰ ਹੁਣ ਲੱਗ ਜਾਓ, ਜਿਹੜੇ ਦੋਸਤ ਆਸੇ ਪਾਸੇ ਬਾਹਰ ਬੈਠੇ ਅਮਰੀਕਾ ਕੈਨੇਡਾ ਦੇ ਵਿੱਚ ਉਹ ਵੀ ਆਪਦੇ ਜਰਾ ਟੈਲੀਫੋਨ ਉੱਥੋਂ ਘੁਮਾ ਦਿਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੈ ਹਿੰਦ, ਫਿਰ ਮਿਲਦੇ ਹਾਂ, ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ।